बोल साधु हर जय जय बोल साधु हर जय जय ओ कोट नीला ते बाजना सिर ताजना गल भगतिया लीना हाथ खाली और देश दिया जिदे हाथ तकदीरा हाथ खाली ओदे कोल नीला ते बाजना सिर ताजना गल बगदियां लीरा खाली ओदे देश दियां जिदे हाथ तकदी बोल साधु हर जय बोल साधु हर जय जय बोल पहला प्रकरण चल रहा है संत सहाये सदा जग माहे कृपा कर श्याम यह बात संत सहाये सत तो बनया संत सत दे विच समाया होया सत दे नाल मिलया होया ज्योति जोत रली है जड़ी संपूर्ण थिया राम सूरज किरण मिले जल का जल हुआ राम ओ है संत संत ओ है संत। अच्छा होर की उदी निशानी है महाराज दसदे कहिंदे तुहानू दसदे उहनू कहिंदे ब्रह्म दिसै ब्रह्म सुणिऐ एक एक वखाणिऐ उह वाहिगुरू दे ही दर्शन करदा है वाहिगुरू विच ही रहिंदा है वाहिगुरू ही कहिंदा है ब्रह्म दिसै ब्रह्म सुणिऐ एक एक वखाणिऐ आत्म पसारा करनहारा प्रभ बिना नहि जाणिऐ वाहिगुरू तों बगैर होर जाणदा नहीं कुछ इको विच ही एक है ये भी सुने आपां होना एक है एक तू ही एक है तू राया तौ कृपा ते किन्ने सुख पाया आ महापुरखा ने जिन्हां ने पहला अपने प्यारे तो बलहार गए प्यारा उन्हां दा कोई इदा एक थां दे उत्ते इदा नहीं प्यारा एक है अनेक है अनेक है फिर एक है वो बड़ी बेअंत खेड है वाहिगुरु जी बेअंत हैं वो एक हो के बेअंत हैं हैगे एक ने पर बेअंत हैं हैगा एक है पर बेअंत है अंत न सिफती कह ना अंत अंत न करना रोज पढ़ाते महाराज ये कि अंत नहीं है जिहड़ा एक वा उहदा ही अंत नहीं है जिहड़ा एक वा उही बेअंत वा ਤੁਹਾਡਾ ਭੁਲਾ ਜੇ ਫਿਰ ਕਹੋ ਸਾਰੇ ਵਾਰੀ ਤਿਨ ਵਾਰੀ ਜਾਵਾ ਵਾਰੀ ਤਿਨ ਵਾਰੀ ਜਾਵਾ ਵਾਰੀ ਤਿਨ ਵਾਰੀ ਜਾਵਾ ਵਾਰੀ ਤਿਨ ਵਾਰੀ ਜਾਵਾ ਸਦ ਬਲਹਾਰੈ ਨਾ ਸਦ ਬਲਹਾਰੈ ਨਾ ਸਦ ਬਲਹਾਰੈ ਹਾਂ
ਤੇ ਟੋਟੇ ਲਾਲਾਂ ਦੀ ਸੋਹਣੇ ਬਾਲਾਂ ਦੀ ਦਿੱਤੀ ਜਿਸ ਕੁਰਬਾਨੀ ਦੇਸ਼ ਤੋਂ ਸਾਰੇ ਵਾਰ ਦਿੱਤੇ ਰੱਖੀ ਇੱਕ ਨਾ ਨਿਸ਼ਾਨੀ ਕੌਮ ਤੋਂ ਚਾਰੇ ਵਾਰ ਦਿੱਤੇ ਰੱਖੀ ਇੱਕ ਨਾ ਨਿਸ਼ਾਨੀ ਚੱਲੇ ਹਜ਼ਾਰਾਂ ਉਜੜ ਗਿਆ ਪਰਿਵਾਰ ਸੀ ਪਰ ਮੁਖ ਤੇ ਬਹਾਰਾਂ ਉਜੜ ਗਿਆ ਪਰਿਵਾਰ ਸੀ ਪਰ ਮੁਖ ਤੇ ਬਹਾਰਾਂ ਬਣ ਜਾਓ ਪੋੜੇ ਦੁੱਖਾਂ ਨੂੰ ਉਹ ਕੀ ਜਾਣਦਾ ਸੁੱਖ ਪੰਥ ਦਾ ਲੋੜੇ ਦੁੱਖਾਂ ਨੂੰ ਉਹ ਕੀ ਜਾਣਦਾ ਬੋਲ ਸਾਧੂ ਹਰ ਜੈ ਜੈ ਬੋਲ ਬੋਲ ਸਾਧੂ ਹਰ ਜੈ ਜੈ ਗੁਰਸਿੱਖੀ ਚੜ੍ਹਦੀ ਕਲਾ ਉੱਧਰ ਫੱਟ ਲੱਗਾ ਦੁਨੀਆ ਹਾਏ ਹਾਏ ਕਰਦੀ ਹੈ ਕੋਈ ਘਾਟਾ ਪਵੇ ਆਪਾਂ ਕਿੱਦਾਂ ਤੜਫਦੇ ਹਾਂ ਉਧਰ ਪੁੱਤ ਸ਼ਹੀਦੀ ਪਾਉਂਦਾ ਤੇ ਬਾਪੂ ਜਕਾਰਾ ਲਾਉਂਦਾ ਹੈ ਗੜੀ ਤੇ ਜਕਾਰਾ ਲੱਗਦਾ ਹੈ ਹੋਇਆ ਤੇਰੀ
ਮਾਛੀ ਵਾਲੇ ਜੰਗਲਾਂ ਵਿੱਚ ਸੌਂ ਗਿਆ ਕੇ ਮਾਛੀ ਵਾਲੇ ਸੌਂ ਗਿਆ ਕੇ ਇੱਕ ਬੇਨਤੀ ਕਰੀਏ ਕਿ ਇਹ ਜੋ ਇਤਿਹਾਸ ਹੈ ਨਾ ਖਾਸ ਕਰਕੇ ਸ਼ਹੀਦ ਗੁਰੂ ਸਾਹਿਬ ਇਤਿਹਾਸ ਹੈ ਹੀ ਉਹਨਾਂ ਦਾ ਹੋਰ ਕੋਈ ਇਤਿਹਾਸ ਨਹੀਂ ਮਹਾਂਪੁਰਖਾਂ ਦਾ ਇਤਿਹਾਸ ਹੀ ਹੈ ਸਾਰਾ ਉਹੀ ਬਣਾ ਸਕਦੇ ਇਤਿਹਾਸ ਕੋਈ ਹੋਰ ਨਹੀਂ ਬਣਾ ਸਕਦਾ ਇਤਿਹਾਸ ਇਹੀ ਬਣਾਉਣਗੇ ਪਿਆਰ ਵਾਲੇ ਕਿ ਪਿਆਰ ਕੀ ਹੁੰਦਾ ਹੈ ਪਿਆਰ ਦਾ ਇਤਿਹਾਸ ਮੈਂ ਜਿਵੇਂ ਪਹਿਲਾਂ ਬੇਨਤੀ ਕੀਤੀ ਹੈ ਇਹ ਪਿਆਰ ਦਾ ਇਤਿਹਾਸ ਹੈ ਸਾਰਾ ਸਾਰਾ ਪ੍ਰੇਮ ਹੁੰਦਾ ਕੀ ਹੈ ਅਤੇ ਪ੍ਰੇਮ ਕਿਹਦੇ ਨਾਲ ਮਾਲਕ ਦੇ ਨਾਲ ਵਾਹਿਗੁਰੂ ਦੇ ਨਾਲ ਅਤੇ ਇੱਕ ਗੱਲ ਜਿਹੜੀ ਬੇਨਤੀ ਮੈਂ ਕਰਨੀ ਚਾਹੁੰਦਾ ਉਹ ਇਹ ਹੈ ਕਿ ਸੱਚੇ ਪਾਤਸ਼ਾਹ ਨਾ ਸਾਨੂੰ ਜੀਵਨ ਜਾਂਚ ਦੱਸਦੇ ਕਿ ਜੀ ਜਿਹੜੀ ਜ਼ਿੰਦਗੀ ਹੈ ਸਾਨੂੰ ਸਮਾਂ ਮਿਲਿਆ ਅਤੇ ਇਸ ਜ਼ਿੰਦਗੀ ਨੂੰ ਜੀਣਾ ਕਿੱਦਾਂ ਹੈ ਕਿੱਦਾਂ ਜੀਣਾ ਜ਼ਿੰਦਗੀ ਨੂੰ ਜਿਉਣਾ ਕਿੱਦਾਂ ਹੈ ਇਹ ਸਾਨੂੰ ਇਤਿਹਾਸ ਦੱਸਦਾ ਹੈ ਸਾਨੂੰ ਗੁਰਬਾਣੀ ਦੱਸਦੀ ਹੈ ਜ਼ਿੰਦਗੀ ਨੂੰ ਜਿਉਣਾ ਕਿੱਦਾਂ ਨੰਬਰ ਇੱਕ ਪਹਿਲੀ ਦੋ ਤਿੰਨ ਗੱਲਾਂ ਕਰੂੰਗਾ ਜਿਹੜੀ ਇਹਦੇ ਵਿੱਚ ਸਾਰੀ ਜਿਹੜੀ ਇਤਿਹਾਸ ਦੇ ਵਿੱਚ ਖੇਡ ਪਈ ਹੈ ਜਾਂ ਆ ਸਾਰੀ ਬ੍ਰਹਿਮੰਡ ਜਿਹੜੀ ਤਾਕਤ ਦੇ ਉੱਤੇ ਚੱਲ ਰਿਹਾ ਹੈ ਇੱਕੋ ਹੀ ਤਾਕਤ ਹੈ ਫਿਰ ਕਹੋ ਵਾਹਿਗੁਰੂ 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 ਉਸ ਵਾਹਿਗੁਰੂ ਦਾ ਪੁੱਤਰ ਹੈ ਸ਼ਹੀਦ ਉਸ ਵਾਹਿਗੁਰੂ ਦਾ ਸਿੱਧਾ ਬੇਟਾ ਹੈ ਉਹ ਜਿੱਦਾਂ ਮਹਾਰਾਜ ਕਹਿੰਦੇ ਨਾ ਮੈਨੂੰ ਕਿਹਾ ਮੈਂ ਆਪਣਾ ਸੁੱਤ ਤੋਂ ਹੀ ਨਿਵਾਜਾ ਮੈਨੂੰ ਪਰਮੇਸ਼ਰ ਨੇ ਕਿਹਾ ਜਾ ਮੈਂ ਤੈਨੂੰ ਆਪਦਾ ਪੁੱਤ ਬਣਾਇਆ ਹੈ ਨਾ ਇਹ ਕਿੱਡੀ ਇਹ ਮੈਂ ਫਿਰ ਕਹੂੰਗਾ ਜਿਹੜੇ ਭਗਤ ਨੇ ਸੰਤ ਨੇ ਸ਼ਹੀਦ ਨੇ ਇਹ ਡਾਇਰੈਕਟ ਜਿੱਦਾਂ ਮਹਾਰਾਜ ਪਰਮੇਸ਼ਰ ਦੀ ਵੈਸੇ ਤਾਂ ਸਾਰੀ ਪਰਮੇਸ਼ਰ ਦੀ ਸ੍ਰਿਸ਼ਟੀ ਉਹਦੀ ਬਣਾਈ ਹੋਈ ਸਾਜੀ ਹੈ ਪਰ ਜਿਹੜੇ ਪਰਮੇਸ਼ਰ ਦਾ ਪ੍ਰਤੱਖ ਹੋ ਕੇ ਉੱਦਾਂ ਦਾ ਰੋਲ ਨਿਭਾ ਜਾਂਦੇ ਉਹਦੇ ਰੱਬ ਦੇ ਪੁੱਤਰ ਕਹਾਉਂਦੇ ਆ ਆਪਾਂ ਕਹਿੰਦੇ ਹਾਂ ਨਾ ਜਿੱਦਾਂ ਬਾਪ ਵਾਂਗੂ ਸਾਰਾ ਸੁਭਾਅ ਹੋਵੇ ਸਾਰਾ ਕੁਝ ਚਿਹਰ ਚੱਕਰ ਹੋਵੇ ਕਹਿਣਾ ਇਹ ਪਿਓ ਵਰਗਾ ਹੈ ਕਹਿੰਦੇ ਨਾ ਬਾਪ ਵਰਗਾ ਹੈ ਅਤੇ ਇਹ ਜਿਹੜੇ ਆ ਨਾ ਇਹ ਬਾਣੀ ਵੀ ਇੱਦਾਂ ਕਹਿੰਦੀ ਹੈ ਬਾਣੀ ਕਹਿੰਦੇ ਜਨਕੀਨੋ ਸੌਤ ਵਿਧਾਤਾ ਹਾਂ ਸਫਲ ਜਨਮ ਤਿਸ ਜਨ ਕਾ ਉਪਜਿਆ ਜਿਨ ਕੀਨੋ ਸੌਤ ਵਿਧਾਤਾ ਧਿਆਨ ਨਾਲ ਸੁਣਿਓ ਪੰਕਤੀ ਸਫਲ ਜਨਮ ਹਰ ਜਨ ਕਾ ਉਪਜਿਆ ਹਰੀ ਦੇ ਪਰਮੇਸ਼ਰ ਦੇ ਪਿਆਰੇ ਦਾ ਜਨਮ ਸਫਲ ਜਨਮ ਹੈ ਆ ਦੇਖੋ ਸਪੈਸ਼ਲ ਕਿਹਾ ਹੈ ਸਫਲ ਜਨਮ ਸਾਰੇ ਪੜ੍ਹੋ ਮਗਰ ਇਹ ਪੰਕਤੀ ਸੱਚੀ ਇੱਦਾਂ ਪੱਲੇ ਬੰਨਣ ਵਾਲੀ ਹੈ ਵੈਸੇ ਤਾਂ ਗੁਰਬਾਣੀ ਦੀ ਇੱਕ ਇੱਕ ਪੰਕਤੀ ਇੱਦਾਂ ਹੀ ਆ ਇਹ ਰਤਨ ਹੀਰੇ ਜਵਾਹਰਾਤ ਹੈ ਮਹਾਰਾਜ ਐਵੇਂ ਨਹੀਂ ਕਿਹਾ ਅਤੇ ਇਸ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣ ਕਿਤੇ ਵੀ ਇਹ ਐਡਾ ਮਤਲਬ ਕਮਾਲ ਦਾ ਸੱਚੀ ਜੀਵਨ ਧੰਨ ਹੋ ਜਾਂਦਾ ਜੀਵਨ ਧੰਨ ਹੋ ਜਾਂਦਾ ਸਫਲ ਜਨਮ ਹਰ ਜਨ ਕਾ ਉਪਜਿਆ ਮਹਾਰਾਜ ਕਿੱਦਾਂ ਕਹਿੰਦੇ ਜਨਕੀਨੋ ਸੌਤ ਵਿਧਾਤਾ ਇੱਕ ਹੁੰਦਾ ਔਤ ਅਤੇ ਇੱਕ ਹੁੰਦਾ ਸੌਤ ਦੋ ਲਫਜ਼ ਨੇ ਜਿਸ ਮੈਨੂੰ ਮਾਫ਼ੀ ਮੈਂ ਇਹਦਾ ਕੰਨ ਫੜ ਕੇ ਗੱਲ ਕਹਿਣ ਲੱਗਾ ਸਾਡੇ ਸਮਾਜ ਦੇ ਵਿੱਚ ਇਹ ਲਫਜ਼ ਬਣੇ ਹੋਏ ਆ ਜਦਕਿ ਹੈ ਪਰਮੇਸ਼ਰ ਦੀ ਸਾਰੀ ਖੇਡ ਅਸੀਂ ਹੁਣ ਵੀ ਇੱਕ ਜਗ੍ਹਾ 'ਤੇ ਜਾ ਕੇ ਆਏ ਹਾਂ ਉੱਥੇ ਪਰਿਵਾਰ ਦੀ ਅਰਦਾਸ ਕੀਤੀ ਹੈ ਕਿਉਂਕਿ ਰੱਬ ਦੀਆਂ ਖੇਡਾਂ ਹੁੰਦੀਆਂ ਨੇ ਅਤੇ ਮੈਂ ਇੱਕ ਗੱਲ ਨਾਲ ਕਹੂੰਗਾ ਮੈਂ ਪਹਿਲਾਂ ਇੱਕ ਉਹ ਗੱਲ ਕਹਿ ਜਾਵਾਂ ਕਿ ਸਮਾਜ ਜਿੱਥੇ ਜਿਸ ਘਰ ਦੇ ਵਿੱਚ ਬੱਚਾ ਨਾ ਹੋਵੇ ਨਾ ਉਹਨੂੰ ਇੱਕ ਬੜੇ ਭੈੜੇ ਲਫ਼ਜ਼ ਨਾਲ ਦੁਨੀਆ ਪੁਕਾਰਦੀ ਹੈ ਕਹਿੰਦੇ ਔਂਤਰਾ ਹੈ ਕੀ ਕਹਿੰਦੇ ਆ ਔਂਤਰਾ ਉਹ ਔਤ ਔਂਤਰਾ ਅਤੇ ਇੱਧਰ ਕਿਹਾ ਸੌਤ ਕਹਿੰਦੇ ਰੱਬ ਦੇ ਪਿਆਰੇ ਨੇ ਰੱਬ ਨੂੰ ਔਂਤਰਾ ਹੋਣ ਤੋਂ ਬਚਾ ਲਿਆ
ਤੁਸੀਂ ਦੇਖੋ, ਨਹੀਂ ਤਾਂ ਰੱਬ ਨੂੰ ਗਾਲ ਨਿਕਲਣੀ ਸੀ, ਗਾਲ ਹੀ ਕਹਿ ਪੈ ਕਿੱਦਾਂ ਇਹ ਨਿਕਲਣੀ ਸੀ ਕਿ ਕੋਈ ਹੈ ਹੀ ਨਹੀਂ ਤੇਰਾ ਤੇਰੇ ਵਰਗਾ। ਇਹ ਸ਼ਹੀਦ ਜਿਹੜੇ ਰੱਬ ਦੇ ਪੁੱਤ ਨੇ, ਇਹਨਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਆਪ ਪਰਮੇਸ਼ਰ ਨੇ, ਤੇ ਉਹਨਾਂ ਵਾਸਤੇ ਇਹ ਪੰਕਤੀ ਹੈ, ਸਫਲ ਜਨਮ ਹਰ ਜਨ ਕਾ ਉਪਜਾ ਜਿਨ ਕੀਨੋ ਸੌਤ ਵਿਦਾਤਾ। ਤੇ ਇੱਧਰ ਸਾਡੇ ਗੁਰਮੁਖ ਪਿਆਰੇ ਵਿਦਵਾਨ ਸੰਤ ਕਵੀ ਭਾਈ ਵੀਰ ਸਿੰਘ ਜੀ, ਜੇ ਸਮਾਂ ਲੱਗੇ ਨਾ, ਜ਼ਿੰਦਗੀ ਬਹੁਤ ਛੋਟੀ ਜੀ ਹੈ, ਅਤੇ ਉਹ ਉਹਨਾਂ ਦੀਆਂ ਕਿਤਾਬਾਂ ਕਿਤੇ ਪੜ੍ਹਿਓ, ਪਿਆਰ ਲਾਉਣ ਵਾਲੀਆਂ ਨੇ। ਨਹੀਂ ਗਿਣਨਾ ਮੈਂ ਉਂਤਰਾ ਉਹਨੂੰ ਗਿਣਦਾ ਜਿਹਨੂੰ ਜਪਜੀ ਸਾਹਿਬ ਨਹੀਂ ਆਉਂਦਾ, ਜਿਹਦੇ ਮਨ ਦੇ ਵਿੱਚ ਪਰਮੇਸ਼ਰ ਲਈ ਭਰੋਸਾ ਨਹੀਂ ਹੈ, ਜਿਹਦੇ ਅੰਦਰ ਬਿਰਹਾ ਨਹੀਂ ਉਪਜਾ, ਜਿਹਦੇ ਅੰਦਰ ਪ੍ਰੇਮ ਨਹੀਂ ਲੱਗਾ, ਜਿਹੜਾ ਉੱਠਦਿਆਂ ਮੂੰਹ 'ਚੋਂ ਨਹੀਂ ਉਚਾਰਦਾ, ਵਾਹਿਗੁਰੂ ਨਹੀਂ ਕਹਿੰਦਾ, ਉਹ ਅੰਤਰਾ ਹੈ। ਇਹ ਉਹਨਾਂ ਦੇ ਬਚਨ ਨੇ। ਸੋ ਗੁਰੂ ਪਿਆਰਿਓ ਦਾਸ ਜਿਹੜੀ ਬੇਨਤੀ ਕਰ ਰਿਹਾ ਹੈ ਕਿ ਇਹ ਜੀਵਨ ਜਾਚ ਹੈ ਕਿ ਜ਼ਿੰਦਗੀ ਜਿਉਣੀ ਕਿਵੇਂ ਹੈ, ਉਹ ਮਹਾਰਾਜ ਪਹਿਲਾਂ ਪੱਲਾ ਫੜਾਉਂਦੇ ਆ ਇੱਕ ਓਅੰਕਾਰ ਦਾ। ਰੋਜ਼ ਜਿਹੜੇ ਨੇਮ ਕਰਦੇ ਨੇ ਮਹਾਰਾਜ ਪੱਲਾ ਫੜਾਉਣ ਦੇ, ਪੱਲਾ ਕਿ ਉਸ ਇੱਕ ਓਅੰਕਾਰ ਦਾ ਪੱਲਾ ਫੜੋ, ਇਸ ਇੱਕ ਓਅੰਕਾਰ ਦਾ ਹੀ ਪੱਲਾ ਫੜਿਆ ਹੈ। ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਘਾਲ ਕਮਾਈ। ਜਦੋਂ ਗੁਰੂ ਨਾਨਕ ਸਾਹਿਬ ਦੀ ਭਾਈ ਗੁਰਦਾਸ ਜੀ ਗੱਲ ਕਰਦੇ ਆ ਨਾ, ਕੀ ਕਹਿੰਦੇ ਆ, ਪਹਿਲਾਂ ਬਾਬੇ ਪਾਇਆ ਬਖਸ਼ ਦਰ। ਉਹ ਬਖਸ਼ ਦਰ ਕੀ ਹੈ? ਉਹ ਆਹ ਹੀ ਆ ਇੱਕ ਓਅੰਕਾਰ ਵਾਹਿਗੁਰੂ, ਉਹਨੂੰ ਪਾ ਲਿਆ, ਉਹਦੇ ਵਿੱਚ ਸਮਾ ਗਏ, ਉਹਦਾ ਰੂਪ ਹੋ ਗਏ, ਪਿੱਛੋਂ ਦੇ ਫਿਰ ਘਾਲ ਕਮਾਈ। ਆਵੇ ਜੀਵਨ ਜਾਚ, ਸਭ ਤੋਂ ਪਹਿਲੀ ਗੱਲ ਗੁਰੂ ਨੂੰ ਮੰਨਣਾ, ਪਰਮੇਸ਼ਰ ਨੂੰ ਮੰਨਣਾ, ਅਤੇ ਆਪਣੇ ਜੀਵਨ ਦੇ ਵਿੱਚ ਧਾਰਨਾ ਉਸ ਭਰੋਸੇ ਨੂੰ, ਅਤੇ ਬੇਪਰਵਾਹੀ ਆ ਜਾਏਗੀ। ਕਹਿੰਦੇ ਬੇਪਰਵਾਹੀ ਆਏਗੀ, ਬੇਪਰਵਾਹੀ ਆ ਇੱਦਾਂ ਦੀ ਕਿ ਮਾਛੀਵਾੜੇ ਦੇ ਜੰਗਲਾਂ ਵਿੱਚ ਹੈ, ਤਾਂ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣ ਡੇ, ਤਾਂ ਮਰੀਦਾਂ ਦਾ ਹਾਲ ਕਿਤੇ ਉਹ ਨਿਰਾਸ਼ਤਾ ਵਿੱਚ ਨਹੀਂ ਕਹਿ ਰਹੇ, ਉਹਦੇ ਵਿੱਚ ਪ੍ਰੇਮ ਹੀ ਆਪਣਾ ਜ਼ਾਹਰ ਕਰ ਰਿਹਾ ਕਿ ਤੁਧ ਬਿਨ ਰੋਗ ਰਜਾਈਆਂ ਦਾ ਓਡਣ ਨਾ, ਮੈਨੂੰ ਰਜਾਈਆਂ ਨਹੀਂ ਚੰਗੀਆਂ ਲੱਗਦੀਆਂ ਮਹਾਰਾਜ, ਮੈਨੂੰ ਅੱਜ ਸੱਥਰ ਬਹੁਤ ਪਿਆਰਾ ਲੱਗਣ ਰਿਹਾ, ਮੈਨੂੰ ਇਹ ਜੰਗਲ ਨਹੀਂ ਲੱਗ ਰਿਹਾ, ਤੇਰੀ ਕਿਰਪਾ, ਮੈਂ ਇੰਨਾ ਖੁਸ਼ ਹਾਂ ਕਿ ਮੈਨੂੰ ਉਹ ਚੀਜ਼ਾਂ ਦਾ ਜਿੱਦਾਂ ਭੱਠੀ ਨਹੀਂ ਹੁੰਦੀ ਤਪਦੀ, ਉਹ ਤਾਂ ਭੱਠੇ ਵਾਂਗੂ ਆਹ ਤਾਂ ਮੈਨੂੰ ਬਹੁਤ ਪਿਆਰਾ ਲੱਗਣ ਡੇ, ਕੰਡੇ ਤਾਂ ਮੈਨੂੰ ਬੜੇ ਚੰਗੇ ਲੱਗਦੇ ਆ, ਇਹ ਸੂਲਾਂ ਬਹੁਤ ਪਿਆਰੀਆਂ ਲੱਗ ਰਹੀਆਂ ਨੇ। ਇਹ ਕੈਸਾ ਹੀ ਜੀਵਨ ਜਾਚ ਹੈ, ਇਹ ਇੱਦਾਂ ਦਾ ਜੀਵਨ ਮਹਾਰਾਜ ਬਖਸ਼ਦੇ, ਅਸੀਂ ਉਹਦੇ ਪੁੱਤ ਵਾਂ। ਇਹ ਗੱਲ ਸੁਣ ਲਿਓ ਸਾਰੇ, ਤੁਸੀਂ ਸਾਰੀਆਂ ਧੀਆਂ ਉਹਦੀਆਂ, ਸਾਡਾ ਬਾਪੂ ਇੱਦਾਂ ਦਾ ਹੈ। ਨਿੱਕੀ ਨਿੱਕੀ ਗੱਲ ਦੇ ਉੱਤੇ ਹਾਏ ਹਾਏ ਨਾ ਕਰਿਆ ਕਰੀਏ, ਨਿੱਕੀ ਨਿੱਕੀ ਗੱਲ 'ਤੇ ਰੱਬ ਤੋਂ ਭਰੋਸਾ ਨਾ ਚੱਕ ਲਿਆ ਕਰੀਏ, ਚੜ੍ਹਦੀ ਕਲਾ 'ਚ ਰਿਹਾ ਕਰੀਏ। ਉਹ ਕਿਉਂ? ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਹੋਵੇ ਸਿੱਖ ਤੇ ਉਹਨੂੰ ਟੈਨਸ਼ਨ ਹੋ ਜਾਵੇ, ਨਾਮ ਜਪਣ ਵਾਲਾ ਹੋਵੇ, ਕਲਗੀਧਰ ਦਾ ਪੁੱਤ ਹੋਵੇ, ਦਸਤਾਰ ਸਜਾਉਂਦਾ ਹੋਵੇ ਤੇ ਉਹਨੂੰ ਟੈਨਸ਼ਨ ਦਾ ਰੰਗ ਉੱਡ ਜਾਵੇ। ਉਹ ਤੁਸੀਂ ਉਹ 7 ਸਾਲ ਦੇ ਬਾਬੇ ਜ਼ੋਰਾਵਰ ਸਿੰਘ ਦੇ ਭਰਾ ਕਹਾਉਣ ਵਾਲੇ ਹੋ, ਜਿਹੜਾ ਕਚਹਿਰੀ 'ਚ ਖੜਾ, ਜਿਹੜਾ ਨੀਂਹ ਦੇ ਵਿੱਚ ਖੜ ਕੇ ਜਕਾਰਾ ਲਾਉਂਦਾ। ਹੋਰ ਸੁਣੋ, ਬਾਬਾ ਫਤਿਹ ਸਿੰਘ ਛੋਟਾ ਹੈ, ਉਹ ਤੋਂ ਹੋਰ 2 ਸਾਲ ਉਹਦੇ ਵਾਰਸਾਂ ਅਸੀਂ। ਤੁਸੀਂ ਦੇਖੋ ਕਿੱਦਾਂ ਦਾ ਫਿਰ ਜੀਵਨ, ਇੱਦਾਂ ਕਿ ਬੇਪਰਵਾਹੀ ਦੇ ਵਿੱਚ ਡਿਊਟੀ ਪੂਰੀ, ਉਹ 7 ਸਾਲ 5 ਸਾਲ ਦਿਆਂ ਨੇ ਡਿਊਟੀ ਪੂਰੀ ਕੀਤੀ ਹੈ। ਇੱਦਾਂ ਆਪਾਂ ਡਿਊਟੀ ਪੂਰੀ ਕਰਨੀ ਹੈ, ਆਪਣੇ ਘਰਾਂ ਪਰਿਵਾਰਾਂ ਵਿੱਚ ਕੱਪੜੇ ਪਾਉਂਦੇ, ਸਾਰਾ ਕੁਛ ਭੋਗਦੇ ਕਰਦੇ, ਪਰ ਡਿਊਟੀ ਕੀ ਹੈ? ਸੇਵਾ ਕਮਾਉਣੀ ਹੈ, ਹੱਕ ਸੱਚ ਲਈ ਲੜਨਾ ਹੈ, ਗਰੀਬ ਗੁਰਬੇ ਲਈ, ਦੀਨ ਦੁਖੀ ਦੇ ਲਈ ਖੜਨਾ ਹੈ, ਇਹ ਡਿਊਟੀ ਹੈ ਤੇਰੀ। ਤੇਰਾ ਇਕੱਲੀ ਇਹ ਨਹੀਂ ਹੈ ਕਿ ਖਾ ਲਿਆ, ਪੀ ਲਿਆ, ਹੱਸ ਲਿਆ, ਸੌਂ ਲਿਆ, ਬਸ ਮੇਰਾ ਹੋ ਜਾਵੇ, ਇਹਦਾ ਨਾ ਹੋਵੇ ਮੈਨੂੰ ਕੀ ਲੱਗੇ, ਗੁਆਂਢੀ ਭੁੱਖਾ ਸੁੱਤਾ ਰਵੇ ਮੈਨੂੰ ਕੀ ਲੱਗੇ, ਇੱਦਾਂ ਨਹੀਂ, ਤੂੰ ਫਿਰ ਪੁੱਤ ਨਹੀਂ ਕਹਾ ਸਕਦਾ।
जे तू गली चो जांदे ने रूड़ा चक के सैड ते नहीं कीता ना, बट्टा चक के नहीं कीता सैड ते कि इत्थों रब ने लंघना है, रब की आवाजाई है इत्थों, किते रब दा टायर किते इदां ना हो के इदां। मैं ये सोच है गुरसिखी की, तो जे असी वह रोड़ा चक के दा सैड ते करदे, तो जे असी आप ही चक के रोड़े सड़ दते उत्थे कि घर चो कढ़िया, तो मैं उत्थे ढेर लाता कि डिगदी जनता डिगी जावे। गल समझण वाली है, छोटियां छोटियां निक्कियां निक्कियां चीज़ां ने, तो पर निक्कियां निक्कियां चीज़ां तुहानू सेवादार होण दा सबूत दे देणगियां। भगत पूरन सिंह जी, भाई रवि सिंह जी, होर बेअंत गुरु के प्यारे जिहड़े ये ड्यूटियां निभाउंदे पए निभा गए ने, उन्हां नूं किहने कहा है? उन्हां नूं किसे सरकार ने दित्ती है नौकरी? भगत पूरन सिंह नूं किसे ने अपॉइंट कीता सी? किड्डिया किड्डिया संस्थावां किड्डिया, उन्होंने सदड़ा आया, उन्होंने आत्मा ने अंदरों जगाया कि तू पोतवा गुरु साहब का। तो बापू तो इन्ना कुछ वार के इन्ना इदा खड़ा पंथ खड़ा निशान चलाते, जिन सब पृथ्वी को जीत के निशान चलाए, वह उपजो चेला मर्द का मरदान सदाए। तू उस मर्द चेले का चेला है, तू ये दिन सानू जगाउण आउंदे जगाउंदे आ गुरु प्यारिओ। सो इस करके चढ़दी कला विच रहा करिए, चढ़दी कला दे विच, ते चढ़दी कला आएगी कित्थों? ये गल आ सानू गेट दसदा, ओ दर दे उत्ते वड़दिआं सारी धूड़ लिया करिए, पहला इदां जोड़े झाड़िया करिए संगत दे, कि साडे मन दे विच ये पत्थर मन पिघले थोड़ा जिहा, क्योंकि इहनू फील करिए सारी चीज़ नू, जिद्दां जिद्दां महसूस करांगे अंदर अमृत भरदा जाएगा, जिदा जिदा अमृत भरदा जाएगा तो चिंता खत्म, टेंशन खत्म, बेपरवाही आ ही जानी, तो जकारे फिर तुसी नहीं लाने, जकारे सृष्टि लाएगी। फिर सानू कोई सबूत देने की लोड़ नहीं। गुरसिख अपना प्यार जेड़ा है ना, जिस प्यारे स्यो ने हो तिस आगे मर चलिए, त्रिग जीवन संसार तां कै पाछै। उन्हों नहीं लोड़ कि चैनल वाले की कहेंडे, जी न्यूज़ वाला की कही जाता है, फलाना ढिमकड़ा की जाता, किड़ा बकवास जिदा करी जाता है, उन्होंने नहीं इस चीज़ की परवाह। वो अपनी ड्यूटी कर रहा है, तो उन्होंने पता है कूड़ निखुट्टे नानका ओड़क सच रही। उन्होंने दिखावा करने भी नहीं लोड़, वो जो है असल दे विच ही है। सो आओ समाप्ति है, क्योंकि असी पहुँचना भी है, साढ़े दस तक का क्या सी समाप्ति है। वारी तिन वारी जावा, वारी तिन वारी जावा, हाँ वारी तिन वारी तिन वारी जावा, वारी तिन वारी जावा, वारी तिन वारी अज असी जिस कमरे दे विच सानू, मैं कोई इदा कोई बंदे दी वडियाई नहीं है, गुरु साहब दी कृपा है, ते उस कमरे दे विच ना शहीदां दी तस्वीर लगी हुई है, मोहरे इदा फ्लैक्स लगी हुई है नरवैर सिंह दे घर दे विच अंदर, तो मैनू बड़ा चंगा लगा। एक होर भी चीज़ मैं जिहड़ी अज बहुत मारे कृपा करे इन्हां नू होर रंग बख्शे, मैं कदे बाथरूमां दे विच सिमरन दीआं पंक्तियां नहीं सी लगियां देखियां, बाथरूम दे अंदर इन्ह के बाथरूम के अंदर भी वाहेगुरु सिमरन दीआं पंक्तियां लगी हुई हैं। ये बहुत वधिया गल है, कहने का मतलब ये नहीं सोच लैना कि आ पवित्र जगह नहीं, आ पवित्र जगह इत्थे नहीं यार, प्यार कित इदा हो सकता कित जाके प्यार घट जाए किसी भी थान के उत्ते। प्यार अपने आप में बड़ी पवित्रता हैगी, प्यार ही पवित्र है, प्यार पवित्र है, इस करके मां बच्चे नूं प्यार करदी है तो उहदी पोटी तो नफरत नहीं करदी, नहीं करदी। ये गल्लां सुनने च अजीब लगणगियां, पर वो प्रेम हुंदा है। प्रेम हुंदा की है? वो ये नहीं है कि कल्ला उदा ही तैयार करके उन्हूं चट दी चुमदी है, वो लिबड़िया होवे तो उन्हूं उदों भी प्यार ही करदी है। वाहगुरु 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 वाहगुरु।
पिता भी शहीद हो गया, भरा भी थोड़े शहीद हो गए। आप सुनते हैं, मैं ता करके इतिहास, क्योंकि इतिहास तकरीबन सुनिया होया और सुना चाहिए। मैं जिम्मे जिक्र किया, फोटो लाइनिया चाहिए ने। आप कई बार फोटो की गल करके ना, कई बार ज्यादा नहीं जी फोटो नहीं यार, एक संकेत जोड़ा है ना, फिर भी सानू झंझोड़ता तो है ना, भावें कि असल फोटो उन्होंने नहीं, पर जोड़ा रंग बच्चे लाल खून का डिगद है, वह तो साडा खून तो भी उदा ही है ना, देखदा ने सानू महसूस होंगे ना उस चीज देख के कि वह खून डुलदा है, वो चीरा चीरा आन दिया है, जिहड़ा सीस से आरा चलता, जिहड़ा देख चो बल। ये तस्वीर बच्चों के मन चो सवाल पैदा कर, माँ मैं दस ये कौन ने, क्यों इदा होया इन्हां नाल। फिर माँ इतिहास पढ़ेगी, जरूर सुनाएगी, तो फिर क्यों ना रंग आएगा कौम के उत्ते, क्यों ना बाणी का पाठ कर लगनगे बच्चे, की बाणी चो ताकत आई बच्चा, मां इदा हो सकता, हाँ बेटे हो सकता, किवें हो सकता बच्चा, ये बाणी विच ताकत है कि गुरु का सिख आरा चरा सकता है, गुरु का सिख नींद खड़िया होया जकारा ला सकता है, आरा चलाया होया जपजी का पाठ सुना सकता है, ये बाणी च ताकत है। मां मैनू भी सिखा, फिर मैनू भी सिखा बाणी, मैं भी पढ़नी है बाणी। ते जदों उन्ह साहबजादियां नूं कहा है ना कि तुहाडा पिता शहीद हो गया है, भरा भी तुहाडे शहीद हो गए है, ते सारे तुहाडे गुरसिख जिन्नी तुहाडी फौज है सारे, उन्होंने लफ्ज मारे गए, पढ़ता है शहीद तो आपां कहिंदे ना सत्कार नाल, उह कहिंदे ते मार दित्ते असीं सारे मकाते है। ते इधर देखो खालसे की चढ़दी कला किन्नी है, तो हुण तुसीं की करोगे जे तुहानूं छड़ दईए, जे तुहानूं छड़ दईए ते की करोगे। वह कहिंदा बाबा फतेह सिंह बाबा जोरा सिंह कह लगे, असी जावांगे, असी जाके अपने भरावां नूं लभांगे, असी कट्ठे करांगे उन्हां नूं, असी फिर नाम बाणी दे पैरे चला करके चलदे ही पए ने, पता उन्हां नूं भरोसा ही है कि झूठ बोलदा पिया, इदां हो ही नहीं सकदी, क्योंकि एक खालसा अकाल पुरख की फौज है। जिहड़ा इह कहिंदा ना मैं मका ते जब मका देणे आ, खालसे नूं पता है इदां हो ही नहीं सकदी, रब हैगा ते खालसा हैगा। जिदन कहोगे ना रब है नहीं, तो उदन कह सकते इदा हो सकता, क्योंकि नेचल सच खुदाए एक खुदाए बंदा अविनाशी, रब नेचल है ते खालसा नेचल है। ते जदों उन्होंने ये गल कही ते उन्होंने देखो बुद्धि अंदर ज्ञान दीपक किन्ना, बुद्ध सो दीपक, मेरे उतो चंद चेता आ गया किन्ना शार्प है वो चीज़, आप शार्प चलो दुनियावी तौर पर वरतते हैं लफ्ज़, वो किन्ना मतलब अंदर मतलब चानण ज्ञान है उन्होंने, प्रकाश है, इसे करके डर 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 उन्होंने लगेगा जिहड़ा नेरे विच है, जिन्हों चानण है उन्होंने कहदा डर है। कबीर मोए मरने का चाओ है, मरो तो हर कह द्वार, मत हर पूछे कौन है, क्योंकि सानू बापू ने जिहड़ी मौत तू डराउणा सी खंडे दे नाल दा खंड खंड करके पीती हुई है, असी अमृत पीता है, मृत्यु पीती हुई है, असी अमृत होए हुए हैं, अमृत पीता है, तू मृत्यु तो डराउणा है, क्या कमाल दा है, करा सिमरन थोड़ जाओ, Grrr!
ਗਰੂਹ 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 ਗਰੂਹ। ਸੋ ਪਿਆਰਿਓ ਬੇਨਤੀ ਇੰਨੀ ਹੈ, ਅੰਮ੍ਰਿਤਧਾਰੀ ਹੋ ਜਾਓ ਆਹੀ ਵੇਲਾ ਹੈ। ਜਿੱਦਾਂ ਗਗਨ ਦਮਾਮਾ ਬਾਜਿਓ ਆਪਾਂ ਸੁਣਦੇ ਹਾਂ ਕਿ ਨਗਾਰਾ ਵੱਜਾ, ਉਹ ਚੁਣੌਤੀ ਉਹ ਚੈਲੰਜ ਮੂਹਰੇ ਆ ਗਏ ਖਾਲਸੇ ਦੇ, ਅਤੇ ਖਾਲਸਾ ਕਹਿਣ ਲੱਗ ਪਿਆ ਗਗਨ ਦਮਾਮਾ ਬਾਜਿਓ ਪਰ ਇਨਸਾਨਾ ਕਾਹੋ ਖੇ ਜੋ ਮਾਂ ਦਿਓ ਸੂਰਮਾ ਆਪ ਜੂਝਣ ਕੋ ਦਾ ਇਹ ਹੁਕਾ ਉਹਨੇ ਕਿਤੇ ਚਲੋ ਬਾਹਰ ਤਾਂ ਇੱਦਾਂ ਦਿੱਤਾ ਹੀ, ਉਹਨੇ ਪਹਿਲਾਂ ਆਪਦੇ ਅੰਦਰ ਨੂੰ ਦਿੱਤਾ ਹੁਕਾ, ਆ ਜਾ ਵੇਲਾ ਆ ਗਿਆ ਸਾਬਤ ਕਰਨ ਦਾ ਕਿ ਤੂੰ ਪੁੱਤ ਹੈ, ਆ ਜਾ। ਉਹਦੇ ਗਗਨ ਦੇ ਵਿੱਚ ਦਮਾਮਾ ਵੱਜਿਆ, ਉਹਦੇ ਦਸਮ ਦੁਆਰ ਦੇ ਵਿੱਚ, ਉਹਦੇ ਸੋਚ ਦੇ ਵਿੱਚ ਇਹ ਚੀਜ਼ ਇੱਦਾਂ ਜਕਾਰਾ ਲਾ ਕੇ ਗਈ। ਪਹਿਲਾਂ ਉੱਥੇ ਜਾ ਕੇ ਉਹਨੇ ਜਕਾਰਾ ਛੱਡਿਆ ਪਹਿਲਾਂ ਗਗਨ ਦੇ ਵਿੱਚ, ਆਹ ਜਿਹੜਾ ਇੱਥੇ ਜਾ ਕੇ ਇੱਥੋਂ ਬਣੀ ਹੈ ਸਾਰੀ ਖੇਡ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਕਾ ਵੈਨ, ਥਾਂ ਦੇ ਉੱਤੇ ਟਿਕਾਣੇ ਦੇ ਉੱਤੇ ਗੱਲ ਵਸ ਗਈ। ਕਿਹੜੀ ਗੱਲ? ਪਰਿਓ ਨਿਸ਼ਾਨੇ ਕਾਉ ਐਨ, ਨਿਸ਼ਾਨੇ ਦੇ ਉੱਤੇ ਜਾ ਕੇ ਤੀਰ ਲੱਗਾ, ਭਾਵ ਕਿ ਦਰਦ ਮਹਿਸੂਸ ਹੋਇਆ। ਜਦੋਂ ਮਹਿਸੂਸ ਹੋਇਆ ਫਿਰ ਚਾਹ ਉੱਠਿਆ, ਚੱਲ ਮਾਰ ਉੱਥੇ ਸ਼ਹੀਦ ਹੋ, ਪਾ ਸ਼ਹੀਦੀ, ਤੇਰੀ ਸ਼ਹੀਦੀ ਰੰਗ ਲਿਆਏਗੀ। ਅੰਦਰ ਗੁਰੂ ਨੇ ਸਾਰਾ ਕੁਛ ਦਿਖਾ ਦਿੱਤਾ, ਪਰਮੇਸ਼ਰ ਨੇ ਦਿਖਾ ਦਿੱਤਾ, ਕਿਉਂਕਿ ਉਹਦੇ ਗਗਨ 'ਚ ਦਮਾਮਾ ਵੱਜਿਆ। ਗਗਨ ਦਮਾਮਾ ਪਰ ਉਹ ਨਿਸ਼ਾਨੇ ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾ, ਹੁਣ ਵੇਲਾ ਹੈ। ਸੋ ਆਹ ਵੇਲਾ ਹੈ, ਆਹ ਜਿੰਨੀ ਦੇਰ ਸਵਾਸ ਚੱਲਦੇ ਪਏ ਨਾ, ਇਹ ਵੇਲਾ ਹੈ ਭਾਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ, ਇਹ ਵੇਲਾ ਹੈ, ਇਹ ਚਲੇ ਜਾਣਾ ਹੈ, ਜਾ ਰਿਹਾ ਹੈ। ਇਹ ਕਾਲ ਨੇ ਬੜਾ ਕੁਛ ਖਾ ਲਿਆ, ਸਾਨੂੰ ਵੀ ਖਾਣਾ ਇਸ ਕਾਲ ਨੇ। ਉਸ ਕਾਲ ਦੇ ਖਾਣ ਤੋਂ ਪਹਿਲਾਂ ਪਹਿਲਾਂ ਅਕਾਲ ਹੋ ਜਾਓ, ਅਕਾਲ ਹੋ ਜਾਓ। ਸੋ ਪਿਆਰਿਓ ਸ਼ੁਰੂ ਹੋ ਜਾਓ, ਹੁਣ ਤੋਂ ਹੀ ਸ਼ੁਰੂ ਹੋ ਜਾਓ। ਇੱਦਾਂ ਹੀ ਇੱਦਾਂ ਹੀ ਐਂ ਭਰਿਆ ਹੋਵੇ ਤਾਂ ਗਹਿਮਾ ਗਹਿਮੀ ਸਾਡੇ ਘਰਾਂ ਦੇ ਵਿੱਚ, ਗੁਰੂ ਘਰਾਂ ਦੇ ਵਿੱਚ, ਮਤਲਬ ਇੰਨੇ ਸੇਵਾਦਾਰ ਬਣ ਜਾਈਏ ਸਾਰੇ, ਇੱਕ ਇੱਕ ਧੀ ਪੁੱਤ ਸੇਵਾਦਾਰ, ਇੰਨਾ ਤਿਆਰੀ ਕਰ ਲਓ, ਨਾਮ ਬਾਣੀ ਦੇ ਪਹਿਰੇ ਐਡੇ ਵਧੀਆ ਹੋਣ, ਸਾਡੇ ਸਾਡੇ ਅੰਦਰ ਸੇਵਾ ਦਾ ਚਾਅ ਹੋਵੇ, ਅਸੀਂ ਕੁਰਬਾਨੀ ਵਾਲੇ ਹੋਈਏ, ਕਿਉਂਕਿ ਅਸੀਂ ਕੁਰਬਾਨੀਆਂ ਵਾਲਿਆਂ ਦੀ ਔਲਾਦ ਹਾਂ। ਅਸੀਂ ਸਾਡੇ ਅੰਦਰ ਇਹ ਜਜ਼ਬਾ ਹੋਵੇ ਸਦਾ ਹੀ, ਔਰ ਹੈਗਾ ਆਹ ਹੁਣ ਬਾਰਡਰ ਦੇ ਉੱਤੇ ਆਪਾਂ ਟਿੱਕੀ ਟਿੱਕੀ ਬਾਰਡਰ ਕਿਹੜਾ, ਟਿੱਕਰੀ ਬਾਰਡਰ, ਅਤੇ ਆਹ ਜਿਹੜਾ ਸ਼ੰਭੂ ਬਾਰਡਰ ਕਿਹੜਾ, ਸਿੰਘੂ ਬਾਰਡਰ, ਠੀਕ ਹੈ ਨਾ, ਉੱਥੇ ਪੰਜਾਬ ਨੂੰ ਤੁਸੀਂ ਦੇਖ ਰਹੇ ਹੋ, ਜਿਹੜੇ ਕਹਿੰਦੇ ਹੈ ਨਾ ਨਸ਼ਿਆਂ 'ਚ ਲੈ ਲਿਆ, ਅਤੇ ਇਹਨਾਂ ਨੂੰ ਵੀ ਸ਼ਾਇਦ ਭੁਲੇਖਾ ਲੱਗ ਗਿਆ ਦਿੱਲੀ ਵਾਲਿਆਂ ਨੂੰ ਕਿ ਪਤਾ ਨਹੀਂ ਅਸੀਂ ਸਾਰੇ ਰੋਡ ਹੀ ਛੱਡਿਆ, ਅਸੀਂ ਸਾਡੇ ਕੰਮ ਜਿਹੜੇ ਅਸੀਂ ਕਿੰਨੀਆਂ ਕਿੰਨੀਆਂ ਸਾਲ ਦੀਆਂ ਪਲੈਨਿੰਗਾਂ ਕੀਤੀਆਂ ਸੀ, ਅਸੀਂ ਕਾਮਯਾਬ ਹੋ ਗਏ। ਅਤੇ ਉੱਥੇ ਚਿਣਗ ਕਿਹੜੀ ਬੋਲਦੀ ਪਈ, ਜਿਹੜਾ ਮਾਈਕ ਲੈ ਕੇ ਮੂਹਰੇ ਆਉਂਦਾ, ਤੁਹਾਨੂੰ ਠੰਡ ਲੱਗਦੀ ਹੈ? ਕਹਿੰਦਾ ਸਾਡੀ ਮਾਂ ਗੁਜਰੀ 80 ਸਾਲਾਂ ਦੀ, ਸਾਡੇ ਭਰਾ 5 7 ਸਾਲ ਦੇ, ਉਹ ਠੰਡੇ ਬੁਰਜਾਂ 'ਚ ਨਹੀਂ, ਉਹਨੂੰ ਲੱਗੀ ਠੰਡ, ਤੂੰ ਸਾਨੂੰ ਠੰਡ ਲੱਗੀ ਉਹਨਾਂ ਦੇ, ਹਾਂ ਇੱਦਾਂ ਆਉਂਦੀ ਹੈ ਨਾ। ਤੁਸੀਂ ਸੁਣਦੇ ਇੰਟਰਵਿਊ, ਹਾਂ ਸਾਰੇ ਸੁਣਦੇ ਪਏ ਨਾ, ਜਿਹਨੂੰ ਭਾਵੇਂ ਮੈਨੂੰ ਲੱਗਦਾ ਬਾਣੀ ਨਹੀਂ ਪੜ੍ਹਨੀ ਜਾਂ ਕੁਛ ਵੀ ਨਹੀਂ, ਹਲੇ ਸਿੱਧੇ ਸਾਦੇ ਭੋਲੇ ਭਾਲੇ ਜੇ, ਉਹ ਜੱਟ ਜ਼ਿਮੀਂਦਾਰ ਜੇ, ਉਹਨਾਂ ਨੂੰ ਇਹ ਗੱਲ ਪਤਾ ਹੈ ਕਿ ਉਹ ਮੇਰੇ ਭਰਾ ਜਿਹੜੇ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਮੇਰੇ ਭਰਾ ਵਾ। ਇਹ ਗੱਲ ਉਹਨਾਂ ਨੂੰ ਉੱਥੇ ਸੜਕ ਦੇ ਉੱਤੇ ਨਾ ਬੜੇ ਚਾਅ ਦੇ ਨਾਲ, ਉੱਥੇ ਸੌਣ ਲਈ ਇੱਦਾਂ ਉਹ ਫੁੱਟਪਾਥ ਦੇ ਨਾਲ ਸਿਰ ਲਾ ਕੇ ਨਾ ਬੜੇ ਆਰਾਮ ਦੇ ਨਾਲ ਖੁਸ਼ੀ ਨਾਲ ਸੌ ਜਾਂਦੇ ਉਹ, ਆ ਮੀਂਹ ਪੈਣ ਡਿਆ, ਠੰਡਾਂ ਪੈਣ ਡੀਆਂ, ਅਤੇ ਪਰ ਨਾਲ ਸਬੂਤ ਦੇਣ ਦੇ ਪਏ ਆ ਕਿ ਉਹ ਜਿਹੜਾ ਡੁੱਲਿਆ ਹੋਇਆ ਖੂਨ ਹੈ ਨਾ, ਉਹ ਧਰਤੀ ਦੇ ਵਿੱਚ ਸਿੰਜਿਆ ਹੋਇਆ, ਅਤੇ ਉਹ ਧਰਤੀ ਦਾ ਆਟਾ ਜਿਹੜਾ ਅੱਜ ਵੀ ਕਣਕ ਨਾ, ਅਤੇ ਉਹ ਆ ਅੱਗੇ ਪੈਦਾ ਕੀਤੇ ਹੋਏ, ਭਾਵੇਂ ਕਿ ਹਲੇ ਘਾਟਾ ਬਹੁਤ ਹੈ, ਬੜੀਆਂ ਚੀਜ਼ਾਂ ਕਮੀਆਂ ਬੜੀਆਂ ਨੇ, ਲੀਡਰਸ਼ਿਪ ਸਾਡੀ ਬੜੀ ਨਿਕੰਮੀ ਹੈ, ਬਹੁਤ ਕੁਛ ਜਿਹੜਾ ਸਾਡਾ ਉਹ ਹੈ, ਪਰ ਵਿੱਚ ਜਿਹੜੀ ਚਿਣਗ ਹੈਗੀ ਨਾ ਸੱਚ ਦੀ, ਉਹ ਨਹੀਂ ਮਿਟਾ ਸਕਿਆ ਕੋਈ, ਨਾ ਮਿਟਾ ਹੀ ਸਕੇਗਾ ਕੋਈ। ਅਤੇ ਉਹ ਅੱਜ ਵੀ ਪੰਜਾਬ ਸਰਦਾਰ ਬਣ ਕੇ 2% ਜਿਹੜੇ ਉਹ ਅੱਜ ਵੀ ਖੜ੍ਹੇ ਨੇ ਪੂਰੇ ਮੁਲਕ ਦੀ ਅਗਵਾਈ ਕਰਨ ਵਾਸਤੇ, ਸੱਚ ਹੱਕ ਲਈ ਖੜ੍ਹ ਗਏ ਆਣ ਕੇ, ਅਤੇ ਚਾਅ ਉਹਨਾਂ ਨੂੰ ਉਹੀ ਹੈ ਕਿ ਪਾਵਾਂਗੇ ਸ਼ਹੀਦੀਆਂ ਪਿੱਛੇ ਨਹੀਂ ਹਟਾਂਗੇ। ਅਤੇ ਉਹਨਾਂ ਦੀ ਅਰਦਾਸ ਕਰਿਓ ਸਾਰੇ ਚੜ੍ਹਦੀ ਕਲਾ 'ਚ, ਔਰ ਜਾਇਓ ਵੀ ਜਿਹੜੇ ਜਿਹੜੇ ਤੁਹਾਡੇ ਕੋਲ ਹੈ ਨਾ, ਸਾਨੂੰ ਜਾਣਾ ਚਾਹੀਦਾ, ਜ਼ਰੂਰ ਜਾਣਾ ਚਾਹੀਦਾ,
ਇਹ ਨਹੀਂ ਕਿ ਉੱਥੇ ਬੜੇ ਹੈ ਜੀ ਸਾਡੇ ਗਿਆਨ ਨਾ ਗਿਆਨ ਕੀ ਫਾਇਦਾ, ਨਹੀਂ ਉਸੇ ਧਰਤੀ ਨੂੰ ਇੱਕ ਵਾਰੀ ਉੱਥੇ ਇਤਿਹਾਸ ਬਣਨਾ, ਉਹਨੂੰ ਨਮਸਕਾਰ ਕਰਕੇ ਆਇਓ ਜ਼ਰੂਰ, ਉੱਥੇ ਜ਼ਰੂਰ ਉਹਨਾਂ ਦੇ ਵਿੱਚ ਦੀ ਹੋ ਕੇ ਜਾਇਓ। ਪਤਾ ਨਹੀਂ ਆਪਾਂ ਉਹ ਵੀ ਕੀ ਚੀਜ਼ ਨਾਲ ਆਪਣੀ ਰੂਹ ਦੇ ਨਾਲ ਬੰਨ ਲਿਆਵਾਂਗੇ, ਉਹ ਰੂਹ ਸਾਨੂੰ ਦਰਗਾਹ ਦੇ ਵਿੱਚ ਵੀ ਸਾਡੀ ਰੂਹ ਨੂੰ ਸੌਖਾ ਕਰੇਗੀ, ਜਦੋਂ ਅਸੀਂ ਉਹ ਪਿਆਰ ਵਾਲਿਆਂ ਦੇ ਵਿੱਚ ਦੀ ਇੱਕ ਵਾਰੀ ਗੇੜਾ ਲਾ ਕੇ ਆ ਜਾਵਾਂਗੇ ਜਦੋਂ। ਸੋ ਸਮਾਪਤੀ ਹੈ, ਦਿਲ ਤਾਂ ਨਹੀਂ ਕਰਦਾ ਅਤੇ ਪਰ ਹੁਣ ਅੱਛਾ ਦੇ ਦਿਓ ਮੁੱਠ ਛੋਲਿਆਂ ਦੀ। ਵਾਰੀ ਤਿੰਨ ਵਾਰੀ ਜਾਵਾਂ, 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 ਸਦ ਬਲਹਾਰੇ ਚਾਂਦੀ ਜਾਵੇ ਤੇਰਾ ਖਾਲਸਾ।
गुरमुख पारस परस गुरमुख पारस परस पारस होइए पारस होइए गुरमुख पारस परस पारस होइए पारस होइए जेड़ी बेनती पहला की है रब दा प्यारा रब दे नाल जुड़ के रब हो गया रब नाल जुड़ के रब बन गया वाहेगुरु वाहेगुरु सिमरन ये सेवा आपा आ मटाउंदी है सानू विच्चों कढ दिंदी है आ मैनू मार दिंदी है जदों मैं मर जांदी है जदों हौम हुआ हो जांदा है ते खुदा हुआ हो जांदा है हौम हुआ खुदा हुआ गुरमुख पारस परस गुरमुख पारस परस पारस हो ये पारस परस पारस होई है गुरमुख हुए अपरस 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 पता किनू कहिंदे आ तुसीं वैसे सारी संगत बहुत सूझवान हो मैं कोई पढ़ाउण नहीं दिया मैं तो एक सांझ कर रहे आपां बह के आपस दे विच कि देखो एक कैसी बाणी दे विच कला क्या पई है कहिंदे गुरमुख हुए अपरस जिदा रब नू कोई फड़ सकदा कोई रब नू कवे कि मैं इदा उहदे है ना इदा गुरमुख की भी जिहड़ी है ना गति उहनू कोई पा नहीं सकदा उहदे लागे आ जिहड़ियां चीज़ां ना आ जिहड़ी विकार बकूर जे जिहदे विच असीं सारे उलझे जे च खप खुप जाने उहदे लागे नहीं कोई जांदा जा ही नहीं सकदा गुरमुख होए अपरस उहनू परस नहीं सकदा कोई लागे नहीं जा सकदी उहदे चीज़ दरस अलोईआ उहदे लागे डर डुर जा सकदा जिदा साढ़े लागे तो बढ़िया ही रहिंदा ना डर साढ़े अंदर निकलता ही नहीं संसा ही पिया रहिंदा ते तां ही असीं संसारी हाँ असीं संसारी पता क्यों कहे कहाउंदे आ साढ़े अंदर संसा ही पिया रहिंदा डर ही बढ़िया होया डर दे विच ही हाय 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 आ हाय हाय कदे बेपरवाही नहीं आउंदी है ना मैं फिर कहूँगा ये इतिहास ये बाणी सानू जिंदगी दरक जिंदगी जीवनी किदां होए साढ़े बीपी घट जाते किनिया किनिया बीमारियां कहदे नाल टेंशन दे नाल टेंशन ही जड़ है बीमारियां दसो ते महाराज कहिंदे गुरमुख होए अपरस दरस अलोई है वह दर्शनां दे विच रहिंदा है वाहिगुरु के दर्शनां विच रहिंदा तो सुखी रहिंदा है कदे बच्चों ने देखा घर च खेडदे आ माँ नूं इदां त्यूड़ियां पईआं हुंदियां प्यो नूं वी पईआं हुंदियां उह खेडदे हुंदे है ना क्योंकि उन्हां नूं दिस रहे आ मेरा पापा हैगा मेरी बीबी हैगी आ मेरी मम्मी हैगी मेरे डैडी है ना ते खेडां खेडदे नज़ारे लैंदा पूरा ते इदां ही रब दा प्यारा जिहड़ा ना उह वाहिगुरू नूं हाजर नाजर जाण के सारी खेड खेड जांदा इदां ही सहज गुरमुख होए अपरस दरस अलोई है गुरमुख ब्रह्म ध्यान दुविधा खोई है दुविधा नहीं हुंदी उहदे विच इक ओंकार ही है दुविधा नहीं कदे दुविधा नहीं आउंदी कदे आउंदी नहीं गुरमुख ब्रह्म ध्यान दुविधा खोई है गुरमुख पर धन रूप निंद ना गोई है नहीं उह चक्करां दे विच इन्हां च जांदा क्योंकि नाम भजन बाणी सहजे उहनूं जान ही नहीं दिंदी उहदा सुभाअ ही होर हो जांदा बाणी सुभाअ चेंज कर दिंदी है सेवा सुभाअ बदल दिंदी है उहदा नहीं कोई चीज़ बदल सकदी गुरमुख पर धन रूप निंद ना गोई है ये विषय नहीं होंदे उहदे निंदिया विषय इत्थे बैठा निंदिया ही करी जानी लागे नहीं जांदा इस चीज नहीं ओए वाहेगुरु कह लो जिन्नी देर बैठे कहो सारे वाहेगुरु 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 इहदा मतलब ये भी ना लै लेना कि गुरमुख कोई विचार नहीं करते जां कभी जिहड़ी गल नूं ना माड़ी नूं माड़ी कहना भी
वो कोई निंदा नहीं होंगी। हाँ पहली गल यह है कि सानू पहचान जरूर हो माड़ी चीज का। कई बार असं ना उत्तों ही देख के उपरों ही देख के सर्टिफिकेट देने गहराई च नहीं जाते। साढ़े हिसाब ना ना हो ना साढ़े हिसाब ना ना हो तो असं छेती छेती सर्टिफिकेट दें बंदा कख दे निकम्मा है वह निंदा हो जाती है। तो जदों रत्या होया ना रत्या होया निक्की जी गल ही करेगा पर निंदा नहीं होएगी पर चपेड़ वांगू वजदी मूँह देते निक्की जी गल भी उन्हें कोई ज्यादा ही नहीं कोई गल उच्च करनी कोई लंबी चौड़ी पर इदा लगती है ना फिर इदा सच्चा ही लगता कि आ असल सी यार। ये उन्हां वास्ते गुरमुख पर धन रूप निंद ना गोई है गुरमुख अमृत नाउ शब्द विलोई है गुरमुख हसदा जाए अंत ना रोई है। आओ जी समाप्ति है समाप्ति है समाप्ति है तावरी मैं कितनी बारी कह देना समाप्ति है कि कर भी दवा समाप्ति होंगी नहीं पी मैं तीन चार बजे ता मन कह कर ही दे समाप्ति हो जानी चाहिए ठीक है ना। वारी तिन वारी जावा वारी तिन वारी जावा वारी तिन वारी जावा वारी तिन वारी सत बलहार है सत बलहार है शादियां क्योंकि गुरु साहब ने अपने बच्चों दिया शादियां नहीं कीतियां ऐसा दे सुख नहीं उन्होंने वास्ते साडे सुखां लई ते साडे सुखां विच ओ होने चाहिए नहीं होने चाहिए बिल्कुल होने चाहिए। वो सोच होनी चाहिए कि नहीं होनी चाहिए बिल्कुल होनी चाहिए। इस गल नूं पक्का करो जे पक्का कर दे ब्याह शादियां सादे करो सिंपल करो मारी हुई दुनिया बखावे दे विच धी वाला उजड़ जांदा है धी ब्याह के क्यों इन्ना माड़ियां गिणियां जांदा उदां माड़ियां की बेचारियां की लैंदियां है लैंदियां कुछ प्यार दिंदियां प्यार करदियां घर सवारदियां घर बनाउंदियां घर संभालदियां है। इस सोच नूं संभालिए पहली गल ए हले इको गल कराई है मैं इको ही इको चीज नूं सैट कर लगे तो फिर असीं थोड़ा जिहा रहेगी मन दे विच आपे शाबाश मिलेगी ते शायद तुहानूं भी कलगियां वाला कवे बारी तिन वारी इन्नी गल है प्रण कर लो अज ने बच्चे बैठे नौजवान बैठे है खास करके मुंडे जड़े है ना ये तगड़े होन क्योंकि आम करके घर का माहौल जरा फिर ना बीबिया बहुत बीबिया काम खराब कर दी ज्यादा माफी देनी क्योंकि समाज इदा का सा मैं नहीं कर बीबिया निंदा नहीं कर दिया जा इदा नहीं हैगी कहना मतलब माहौल ही इदा का कि जनानी जनानी ज्यादा तंग करती है बंदे के कमां कुमां से बिजी रेंदे बेचारे तो फिर घरे आण के जंग मचा हों इन्हें इदा नहीं उन्हें उदा नहीं किया इदा नहीं किया उदा नहीं किया पख तो वह आण के भौंदू राम तो गाली मां की सुन दिया चढ़ जाता उत्ते सवार सवार हो कह दो भाव की मतलब लड़ लड़ाई झगड़े नहीं इदा नहीं चाहिए वो भी भैन आ किसी की वह भी किसी की धी है जिदा तुहाडिया ने समझनी चाहिए फीलिंग है ना। तो मैं बच्चों इन्होंने सारे नौजवानों इस गल ही अपने मापियां पहले ही कह दौ कि मैं ब्याह सादा करवाना बेबे पहले सुन ला पापा जी इदा होनी है क्यों क्योंकि मैं कलगीधर का बच्चा है तो तैयार हो पहला मन तगड़े कहोगे फिर गल निकलिए नहीं नहीं निकलनी उदा नहीं गल होनी इदा पहला तैयार हो नाम बाणी वाले हो ये गल करोगे इतने साढ़े घर चो जो ये चीज सही हो गई ना शुरू बस नाम बाणी के पहरे जड़े ना वो तगड़े होन बस इस गल का भी उधर फिर बाकी गल सारिया आपे क्योंकि बुद्ध सो दीपक ज्यों जा रहे अंदरों तुहानूं ज्ञान प्यार और हौसला उत्साह अंदरों आएगा
ਬਾਹਰੋਂ ਨਹੀਂ ਤੁਹਾਨੂੰ ਗਾਈਡ ਲੈਣਾ ਕਿ ਮੈਂ ਯੂਟਿਊਬ ਲੈ ਕੇ ਦੇਖ ਕੇ ਉੱਥੋਂ ਕੋਈ ਮੈਂ ਲਿਖ ਲਵਾਂ ਆਕਲ ਲੈ ਲਵਾਂ ਕੋਈ ਲਾਈਫ ਦਾ ਸਟਾਈਲ ਸਿੱਖ ਲਾ ਨਹੀਂ ਇਹ ਬਾਣੀ ਤੁਹਾਨੂੰ ਨਾਮ ਬਾਣੀ ਸਿਖਾਏਗਾ ਲਾਈਫ ਸਟਾਈਲ ਕੀ ਹੁੰਦਾ ਜੀਵਨ ਜਾਂਚ ਕੀ ਹੁੰਦੀ ਹੈ ਸੋ ਹੁਣ ਕਹਿੰਦੇ ਸ਼ਰਮ ਆਉਂਦੀ ਹੈ ਸਮਾਪਤੀ ਹੈ ਅਤੇ ਔਖਾ ਹੋਇਆ ਕੰਮ ਨਾ ਅਤੇ ਕਿਉਂਕਿ ਇੰਨਾ ਕੁਛ ਹੈ ਜਿਹੜਾ ਸੱਚੀ ਸਾਂਝਾ ਕਰਨ ਨੂੰ ਦਿਲ ਕਰਦਾ ਹੁੰਦਾ ਹੈ ਅਤੇ ਸੋ ਮਾਫੀ ਹੈ ਸੋ ਇਸ ਕਰਕੇ ਤਗੜੇ ਹੋਈਏ ਬਹੁਤ ਚੀਜ਼ਾਂ ਨੇ ਜਿਹੜੀਆਂ ਇੱਦਾਂ ਕਰ ਲਈਆਂ ਪਹਿਲਾਂ ਵਿਖਾਵੇ ਵਿੱਚੋਂ ਨਿਕਲੀਏ ਪਹਿਲਾਂ ਆਪਣੀ ਸ਼ਕਲ ਜਿਹੜੀ ਹੈ ਨਾ ਉਹਨੂੰ ਆਪਾਂ ਰੱਬ ਦੀ ਸ਼ਕਲ ਹੀ ਰਹਿਣ ਦੀਏ ਆਪਣੇ ਹਿਸਾਬ ਦੇ ਨਾਲ ਨਾ ਜ਼ਿਆਦਾ ਇਹਨੂੰ ਕਰਦੇ ਰਹੀਏ ਕਿ ਜੋ ਰੱਬ ਨੇ ਮੈਨੂੰ ਦਿੱਤਾ ਮੈਨੂੰ ਬਣਾਇਆ ਇਹ ਤੋਂ ਵਧੀਆ ਮੈਂ ਬਣ ਨਹੀਂ ਸਕਦਾ ਨਾਲੇ ਜੇ ਬਣਿਆ ਵੀ ਰਹੇਗਾ ਕਿੰਨੀ ਕੁ ਦੇਰ ਲਈ ਹੈ ਸਵੇਰੇ ਬਣ ਜਾਏਗਾ ਤਾਂ ਦੁਪਹਿਰੋਂ ਬਾਅਦ ਤਾਂ ਹੋਰ ਤਰਦਾ ਹੋ ਜਾਂਦਾ ਤੂੰ ਠੀਕ ਹੈ ਨਾ ਹਫ਼ਤੇ ਬਾਅਦ ਫਿਰ ਮੂੰਹ ਕਾਲਾ ਕਰਨਾ ਪੈਂਦਾ ਫਿਰ ਸਿਰ 'ਤੇ ਮਲਣਾ ਪੈਂਦਾ ਹੈ ਨਾ ਕੀ ਫਾਇਦਾ ਮਤਲਬ ਉਹਦਾ ਫਾਇਦਾ ਕੀ ਠੀਕ ਹੈ ਨਾ ਅਤੇ ਜੇ ਹੀ ਨਾਮ ਬਾਣੀ ਵੱਲ ਸੇਵਾ ਵੱਲ ਧਿਆਨ ਹੋਵੇ ਸਾਡੇ ਜਿੰਨੇ ਸਾਧਨ ਨੇ ਕਿਉਂਕਿ ਸਰੀਰ ਇਹ ਸਾਧਨ ਹੈ ਇਹ ਦੇਹ ਜਿਹੜੀ ਮਿਲੀ ਹੋਈ ਹੈ ਨਾ ਦੇਹ ਤੇਜਣ ਜੀ ਹੈ ਇਹ ਘੋੜੀ ਮਿਲੀ ਜਿੱਦਾਂ ਆਪਾਂ ਗੱਡੀ ਅਤੇ ਗੱਡੀ ਨੂੰ ਬੰਦਾ ਸ਼ਿੰਗਾਰੀ ਜਾਵੇ ਕਰੀ ਜਾਵੇ ਉਹ ਤੋਂ ਕੰਮ ਕੋਈ ਲਵੇ ਨਾ ਗੱਲ ਨਹੀਂ ਬਣਦੀ ਹੈ ਨਾ ਅਤੇ ਇਸ ਕਰਕੇ ਸੇਵਾ ਵੱਲ ਨੂੰ ਜ਼ਿਆਦਾ ਹੋਵੇ ਪਰਉਪਕਾਰ ਵੱਲ ਨੂੰ ਸਾਡਾ ਧਿਆਨ ਹੋਵੇ ਸਾਡਾ ਇਹ ਕੁਰੀਤੀਆਂ ਦੇ ਪ੍ਰਤੀ ਡਟਣ ਦਾ ਹੌਂਸਲੇ ਇਹ ਚੀਜ਼ਾਂ ਹੋਣ ਅਤੇ ਫਿਰ ਜਦੋਂ ਟੀਚੇ ਹੋਣ ਨਾ ਅਤੇ ਫਿਰ ਤਿਆਰੀ ਬੰਦਾ ਆਪੇ ਹੀ ਕਰਦਾ ਅਤੇ ਤਿਆਰੀ ਕੀ ਹੈ ਦੇ ਸ਼ਿਵਾ ਪਰਮੁ ਐ ਸ਼ੁਭ ਕਰਮ ਤੇ ਕਬੂ ਨਾ ਤਰੋ ਨਾ ਤਰੋ ਸੋ ਜਬ ਜਾਇ ਲੜੋ ਨਿਚਾ ਕਰ ਆਪਣੀ ਜੀਤ ਕਰੋ ਅਰ ਸਿਖੋ ਆਪਣੇ ਹੀ ਮਨ ਕੋ ਇਹ ਲਾਲ ਚੋ ਗੁਣ ਤੋ ਚਰੋ ਜਬ ਆਪ ਕੀ ਔਰ ਨਿਦਾਨ ਬਣੇ ਅਤਹੀਰਨ ਮੈਂ ਤਬ ਜੂਜ ਮਰਾ ਬਾਰੀ ਤਿੰਨ ਵਾਰੀ ਸ਼ਰਾਬ ਦਾ ਮੱਥੇ ਤੇ ਬੰਨ ਕੇ ਲੋਹੇ ਦੀਆਂ ਤਵੀਆਂ ਸੁੰਡਣਾ ਬੰਨੀ ਤਲਵਾਰ ਤੇ ਕਿਲੇ ਵੱਲ ਸਿੱਧਾ ਕਰ ਦਿੱਤਾ ਹਾਥੀ ਮਾਰਦਾ ਚੀਕਾਂ ਨੱਚਦਾ ਟੱਪਦਾ ਭੱਜਦਾ ਕਿਲੇ ਵੱਲ ਆਇਆ ਇੱਧਰ ਭਾਈ ਪਚੱਤਰ ਸਿੰਘ ਸਤਿਗੁਰਾਂ ਕੋਲ ਖੜਾ ਜਦੋਂ ਵੇਖਿਆ ਹਾਥੀ ਆਉਂਦਾ ਮਹਾਰਾਜ ਕੋਲੋਂ ਮੰਗੀ ਆ ਗਿਆ ਬਾਜਾ ਵਾਲੇ ਸਤਿਗੁਰਾਂ ਨੇ ਦਿੱਤਾ ਥਾਪੜਾ ਭਾਈ ਪਚੱਤਰ ਸਿੰਘ ਮਾਰ ਕੇ ਭਲਾ ਕੀ ਹੋ ਗਿਆ ਘੋੜਾ ਤੇ ਸਵਾਰ ਤੇ ਖੋਲ ਕੇ ਦਰਵਾਜ਼ਾ ਨਿਕਲਿਆ ਬਾਹਰ ਦੇ ਸ਼ਬਦ ਪੜਿਆ ਹਰ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤੇਰੀ ਜੈ ਸਿਰ ਦੀਜੇ ਕਾ ਨਾ ਕੀ ਜੈ ਉਹ ਦਗੜ ਦਗੜ ਘੋੜੇ ਭੱਜਦੇ ਮੈਦਾਨ ਵਿੱਚ ਤੜਕ ਤੜਕ ਤਾੜ ਤਾੜ ਤੋਪਾਂ ਚਲੀਆਂ ਪਟਕ ਪਟਕ ਪੈਂਦੇ ਸੂਰਮੇ ਜ਼ਮੀਨ ਉੱਤੇ ਖਟਕ ਖਟਕ ਜਾਨਾ ਲਵਾ ਉੱਤੇ ਖਲੀਆਂ ਫੜਕ ਫੜਕ ਪ੍ਰਣ ਪ੍ਰਾਣ ਪੰਛੀ ਉੱਠ ਚਲੇ ਤੜਕ ਤੜਕ ਛਾਤੀਆਂ ਨੇ ਫੜ ਚਲੀਆਂ ਤੜ ਤੜ ਤੋਪਾਂ ਗੋਲੀ ਚੜ ਰਹੀ ਗੜ ਗੜ ਅੜਨਾ ਮੋ ਸਾਹਮਣੇ ਵੀਰ ਡਿੱਗੇ ਲੜ 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 ਸਿੰਘਾਂ ਵੈਰੀ ਮਾਰੇ ਹੱਥੀ ਫੜ 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 ਕਾਨੀ ਕਰੇ ਤੀਰ ਲੱਗੇ ਤੜ 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 ਫੁਕਣ ਤਮਾਚੇ ਯੋਧੇ ਫੜ 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 ਤੇਗਾ ਚੋਂ ਗਾਰ ਪੈਨ ਸੜ 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 ਸੇਲਿਆਂ ਤੇ ਸੀਨੇ ਭੁਜੇ ਤੜ ਤੜ ਹੋ ਜੜ ਜੜ ਜੁਦਾ ਕੀਤਾ ਸਿਰ ਸਿਰ Yeah.
मैदानों हार खाके जहानंद एक ओंकार सतगुर प्रसाद या मेरी माए आनंद भया मेरी माए सतगुरु मैं पाया सतगुर का पाया सहज प्रीति सतगुर का पाया सहज प्रीति मन वजिया शब्दोता गावो हरि केरा मन जनी बसाया कहे नानक आनंद हुआ अच्छा है सर जा।
Thank you.
सोहन तेरे भगत प्यारे राम वारी तिन वारी जावा वारी तिन सद बलहारे राम सद बलहारे राम सद बलहारे सद बलहारे कर नमस्कारे जिन भेटत प्रभ जाता जिन भेटत प्रभ जाता घट घट रव रहया सब थाई होए होए घट घट रव रहया सब थाई चढ़दी कला घट घट रव रहया सब थाई पूरन पुरख विधाता गुरपुरा पाया नाम ते आया गुरपुरा पाया नाम ते आया जुए जन्म नहारे जुए जन्म नहारे बिनवंत नानक शरण तेरी तेरी प्यारिया धन धन गुरु गोविंद सिंह साहेब जी बिनवंत नानक शरण तेरी राख कृपा धारे सद बलहारे राम सद बलहारे राम सद बलहारे सारा साल रोज ही नेम करिए श्वास श्वास सिमरन करिए श्वास श्वास सद बलहारे पंथ दी चढ़दी कला ली अरदास करिए पंथ दी चढ़दी कला ली उद्यम करिए ओ कम करिए जिन्हां दे नाल साडी प्रीत बने महाराज दे चरणा दे नाल फिर कही जावांगे आपे अंदरों पर पर के आऊगा सद बलहारे राम
ਸਜ ਬਲਹਾਰ ਹੈ ਰਾਮ ਜਗਜ ਕੇ ਬੁਲਾਵਾ ਇੱਦਾਂ ਚੜ੍ਹਦੀ ਕਲਾ ਦੇ ਨਾਲ, ਕਿਉਂਕਿ ਇਹ ਗੁਰੂ ਕੇ ਪਿਆਰੇ ਸੱਚੀ ਸਾਰਿਆਂ ਦੀ ਅਰਦਾਸ ਹੈ ਖਾਲਸੇ ਵਾਸਤੇ, ਪ੍ਰਥਮੇ ਸਰਬੱਤ ਖਾਲਸਾ, ਸਾਰਿਆਂ ਨੇ ਖੁਣੀ ਅਰਦਾਸ, ਅਤੇ ਦਾਸ ਮਾਫ਼ੀ ਮੰਗੇਗਾ ਮਹਾਰਾਜ ਦੀ ਕਿਰਪਾ। ਅਸੀਂ ਜਾਣਾ ਹੈਗਾ ਅਤੇ ਅਰਦਾਸ ਸ਼ਾਇਦ ਸ਼ਾਮਿਲ ਨਾ ਹੋ ਪਾਈਏ, ਸੋ ਅੰਦਰੋਂ ਜ਼ਰੂਰ ਇਹ ਸਦਾ ਹੀ ਅਰਦਾਸ ਹੁੰਦੀ ਹੈ ਅਤੇ ਸਾਰਿਆਂ ਨੂੰ ਸਾਨੂੰ ਕਰਨੀ ਚਾਹੀਦੀ ਹੈ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਾਵੇ ਮਹਾਰਾਜ, ਚਿਤਾਵਨ ਕਾ ਸਦਕਾ ਸਰਵਸ। ਇਹ ਝੂਲ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ ਸਾਜ ਦੇ। ਇਹ ਪ੍ਰਬੰਧਕਾਂ ਨੂੰ, ਇਹਨਾਂ ਨੌਜਵਾਨਾਂ ਨੂੰ, ਇਹ ਬਜ਼ੁਰਗਾਂ ਨੂੰ, ਇਹ ਭੈਣਾਂ ਨੂੰ, ਸਾਰਿਆਂ ਨੂੰ ਮਹਾਰਾਜ ਇਹਦਾ ਉਤਸ਼ਾਹ ਪਿਆਰ ਬਖਸ਼ਦੇ ਰਹਿਣ। ਪਤਾ ਲੱਗਾ ਕਿ ਲਗਾਤਾਰ ਕਿੰਨੇ ਦਿਨ ਸਮਾਗਮ ਚਲਾਏ ਆ ਇਸ ਚੀਜ਼ ਦੇ। ਇਹ ਯਾਦ ਪਿਆਰ ਫਿਰ ਵਾਰ ਵਾਰ ਇਹ ਕਵਾਂਗੇ ਸਾਡੇ ਹਿਰਦਿਆਂ 'ਚ ਮਹਾਰਾਜ ਵਸਾ ਕੇ ਸਾਡੇ ਜੀਵਨ ਸਫਲੇ ਕਰ ਦੇਣ। ਸਭ ਨੂੰ ਕੋਲੋਂ ਭੁੱਲਾਂ ਦੀ ਮਾਫ਼ੀ ਮਹਾਰਾਜ ਕਿਰਪਾ ਕਰਨ, ਸਭ ਨੂੰ ਚੜ੍ਹਦੀ ਕਲਾ ਬਖਸ਼ਣ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।